ਮਾਡਲ ਅਲਟਰਾ ਵਾਸ਼ ਆ ਹਾਂਜੀ ਮਾਈਨਸ ਡਿਗਰੀ ਚ ਜੈਕਟ ਪੈ ਸਕਦੀ ਆ ਔਰ ਇਹਦਾ ਕਲਰ ਚੈੱਕ ਕਰੋ ਸਭ ਤੋਂ ਪਹਿਲਾਂ ਲੁੱਕ ਕਿੰਨੀ ਸਿੰਪਲ ਤੇ ਵਧੀਆ ਲੁੱਕ ਇਹਦੇ ਚ ਰੰਗ ਤੁਸੀਂ ਚੈੱਕ ਲਈਓ ਇਹ ਦੂਜਾ ਆ ਗਿਆ 에ਅਰ ਦੀ ਆ ਗਈ ਜੇ ਐਵੇਂ ਜੇ ਵੀਰ ਮੇਰੇ ਅੱਜ ਕੱਲ ਪੰਜਾਬੀ ਸੌਂਗ ਚ ਨਾ ਸਿੰਗਰਾਂ ਨੇ ਪਾਈਆਂ ਹੁੰਦੀਆਂ ਇਹਦਾ ਬਾਈ ਕੀ ਰੇਟ ਹੈ ਇਹਦਾ 750 ਦੀ 750 ਕੀ ਕੋਚ ਦੀ ਪਰਾਡਾ ਦੀ ਕੀ ਆ ਵਾਲੀ ਇਹਦਾ ਨਹੀਂ ਚਾਰ ਕਲਰ ਦੇ ਦਾਂਗੇ ਇਹਦੇ ਚ ਅੱਛਾ ਵੀਰ ਮੇਰੇ ਰੇਟ 900 ਰੁਪਏ ਰੱਖਿਆ ਵੀਰ ਨੇ ਜੋ ਰੇਟ ਇਹ ਵਾਟਰਪ੍ਰੂਫ ਵੀ ਹੈ ਵਿਦ ਹੀਟ ਵੀ ਹੈ ਇਹ ਵਾਟਰਪ੍ਰੂਫ ਵੀ ਆ ਹੀਟ ਲਈ ਜੈਕਟਾਂ ਵਾ ਦੀ ਅਟੈਚ ਡਬਲ ਜੀ ਪੈ ਗਈ ਹੈ ਮਾਈਨਸ ਡਿਗਰੀ ਵੀ ਪੈ ਸਕਦੀ ਆ ਇਹ ਆ ਤੇ ਚੈੱਕ ਕਰੋ ਕੀ ਬਾਤ ਜੀ ਨਾ ਅੰਡਰ ਵਾਸ਼ਿੰਗ ਤੇ ਰੰਗ ਉਤਰਦਾ ਆ ਦੱਬ ਪੈਂਦੇ ਆ ਪੀਸ ਚੇਂਜ ਕਰ ਦਾਂਗੇ ਬੁਰ ਦੀ ਫੁੱਲ ਗਾਰੰਟੀ ਆ ਹਾਂ ਜੀ ਕਿੱਦਾਂ ਸਾਰੇ ਵੈਲਕਮ ਤੁਹਾਡਾ ਬਹੁਤ ਬਹੁਤ ਮੇਰੀ YouTube ਚੈਨਲ ਤੇ ਹੁਣ ਇੱਕ ਫੇਰ ਆਪਾਂ ਵਲੌਗ ਤੁਹਾਡੇ ਵਾਸਤੇ ਖਾਸ ਲੈ ਕੇ ਆਏ ਆ ਆਪਾਂ ਅੱਜ ਪਹੁੰਚੇ ਜੀ ਮਾਸਟੈਕਿਸ ਮੈਨਸ ਵੇਅਰ ਵਾਲਿਆਂ ਕੋ ਜਤਨ ਵੀਰ ਦੇ ਆਪਾਂ ਤੁਹਾਨੂੰ ਆਪਾਂ ਪਹਿਲਾਂ ਆਉਂਦਰ ਨਾਮ ਲਾਉਂਦੇ ਜਤਨ ਵੀਰ ਨਾਲ ਜਤਨ ਭਾਜੀ ਕੀ ਹਾਲ ਠੀਕ ਠਾਕ ਤੁਹਾਨੂੰ ਅੱਜ ਜਤਨ ਭਾਜੀ ਕੋ ਆਪਾਂ ਦਿਖਾਵਾਂਗੇ ਕਲੋਥ ਤੇ ਬ੍ਰਾਂਡਡ ਜਿਹੜਾ ਕਿ ਮੇਰੇ ਵੀਰ ਭਰਾ ਨੇ ਬਾਹਰ ਜਾਣਾ ਸੀ ਸ਼ਾਪਿੰਗ ਕਰਨੀ ਆ ਤੁਸੀਂ ਇੱਥੋਂ ਆ ਕੇ ਵਿਜ਼ਿਟ ਕਰ ਸਕਦੇ ਹੁਣ ਟਾਈਮ ਨਾ ਵੇਸਟ ਕਰਦੇ ਜੀ ਆਪਾਂ ਤੁਹਾਨੂੰ ਸਿੱਧਾ ਨਾ ਕੱਪੜੇ ਵਿਖਾਉਂਦੇ ਘੈਂਟ ਤੋਂ ਘੈਂਟ ਆ ਸਭ ਤੋਂ ਪਹਿਲਾਂ ਤੁਸੀਂ ਜੈਕਟ ਚੈੱਕ ਕਰੋ ਨਾਰਥ ਫੇਸ ਦੀ ਵਿਦ ਹੀਟ ਆ ਕਿੱਦਾਂ ਬਾਈ ਇਹ ਵਿਦ ਹੀਟ ਵਿਦ ਹੀਟ ਆ ਵਿਦ ਹੀਟ ਆ ਆ ਦੀ ਚੈੱਕ ਕਰੋ ਮਾਈਨਸ ਡਿਗਰੀ ਚ ਵੀ ਜੈਕਟ ਪੈ ਸਕਦੀ ਆ ਆ ਦੀ ਇਹਦਾ ਕਲਰ ਚੈੱਕ ਕਰੋ ਸਭ ਤੋਂ ਪਹਿਲਾਂ ਕੀ ਬਾਤ ਤੇ ਇੱਕ ਨੈਕਸਟ ਕਲਰ ਵੀ ਆ ਗਿਆ ਜੀ ਇੱਕ ਆ ਵਾਟਰਪ੍ਰੂਫ ਹੈਗੀ ਆ ਹਾਂਜੀ ਹਾਂਜੀ ਲਾਈਟਵੇਟ ਦੇ ਵਿੱਚ ਆ ਇਹਦਾ ਬੈਗ ਵੀ ਬਣ ਜਾਏਗਾ ਅੱਛਾ ਇਹਦਾ ਬੈਗ ਵੀ ਬਣ ਜਾਊਗਾ ਲੋ ਵੀਰ ਮੇਰੇ ਜੈਕਟ ਇੱਕ ਆਈ ਜਿਹੜਾ ਵੀਰ ਕਹਿੰਦਾ ਬੈਗ ਵੀ ਬਣ ਜਾਊਗਾ ਅੱਛਾ ਇਹਦਾ ਬਣ ਭਾਈ ਇਹਦਾ ਪ੍ਰਾਈਸ ਕੀ ਆ ਇਹਦਾ ਪ੍ਰਾਈਸ ਭਾਜੀ ਤੁਹਾਨੂੰ ਪਏਗਾ 2500 ਵੀਰ ਮੇਰੇ ਇਹ ਬ੍ਰਾਂਡਡ ਕਲੋਥ ਆ ਸਰਪਲਸ ਸਾਰਾ ਮਾਲ ਆ ਇਹਦਾ 2500 ਰੁਪਏ ਰੇਟ ਆ ਤੇ ਜਿਹੜੇ ਮੇਰੇ ਹੱਥ ਚ ਇਹਦਾ ਜੀ ਭਾਈ ਇਹ 2650 ਹੀਟ ਵਾਲੀ ਹੈਗੀ ਇਹ ਇਹ ਹੀਟ ਵਾਲੀ ਜੈਕਟ ਦਾ ਰੇਟ ਹੈਗਾ 2650 ਤੁਸੀਂ ਨਾ ਛੇਤੀ ਛੇਤੀ ਸਕਰੀਨਸ਼ਾਟ ਮਾਰੀ ਜਾਓ ਤੇ ਵੀਰ ਕੋ ਆ ਕੇ ਵਿਜ਼ਿਟ ਕਰੋ ਤੁਹਾਨੂੰ ਅੱਜ ਕੱਪੜੇ ਦੋਣੇ ਘੈਂਟ ਤੋਂ ਘੈਂਟ ਇੱਕ ਨੰਬਰ ਬ੍ਰਾਂਡਡ ਕੱਪੜੇ ਦਵਾਂਗੇ ਤੁਹਾਨੂੰ ਭਾਈ ਇਹ ਨਾਈਕੀ ਦੀ ਕਿੰਨੇ ਦੀ ਹੈ ਨਾਈਕੀ ਭਾਜੀ 2500 ਹੈ ਵੀ ਇਹ ਅੰਦਰ ਬੈਲਵਰ ਵਾਲਾ ਕੱਪੜਾ ਲੱਗਾ ਹੋਇਆ ਇਹਦੇ ਅੰਦਰ ਅੱਛਾ ਅੱਛਾ ਜੀ ਮਤਲਬ ਪੂਰੀ ਹੀਟ ਮਾਰੂਗੀ ਇਹ ਵੀ ਚੀਜ਼ ਵੀਰ ਮੇਰੇ ਉਹ ਕਹਿਣ ਦਾ ਮਤਲਬ ਤੁਹਾਨੂੰ ਸਰਦੀ ਚ ਨਾ ਗਰਮੀ ਲਾਤੀ ਕਿ ਆਪਾਂ ਕਰਨੀ ਤੇ ਆਖਿਓ ਤੁਸੀਂ ਇਹ ਵੀ ਜੈਕਟ 2500 ਕਿ 2600 ਇਹ 2500 ਹੈ ਜੀ 2500 ਬੜੀ ਰੀਡ ਮੇਰਾ ਤੁਹਾਨੂੰ ਜੈਕਟ ਦੇ ਦਾਂਗੇ ਆ ਵਾਲੀ ਕੀ ਚੈੱਕ ਕਰੀਓ ਕੱਪੜਾ ਜਿਹੜਾ ਬਸ ਆ ਵਾਲੀ ਮਾਈਨਸ ਡਿਗਰੀ ਵਾਲੀ ਆ ਤੇ ਕਾ ਯੂਨੀਕ ਜੀ ਕੱਢੀ ਬਾਈ ਨੇ ਇਹਦੀ ਡਬਲ ਜੇ ਪਿਆ ਇਹਦੇ ਵਿੱਚ ਹੁੱਡੀ ਅਟੈਚ ਆ ਇਹਦੇ ਨਾਲ ਹੁੱਡੀ ਅਟੈਚ ਡਬਲ ਜੇ ਪੈ ਗਈ ਹੈ ਮਾਈਨਸ ਡਿਗਰੀ ਵੀ ਪੈ ਸਕਦੀ ਆ ਇਹਦਾ ਬਾਈ ਕੀ ਪ੍ਰਾਈਸ ਇਹਦਾ 4500 ਜੀ ਵੀਰ ਮੇਰੇ 4500 ਰੁਪਏ ਰੇਟ ਹੈ ਨਾ ਤੁਹਾਨੂੰ ਪਤਾ ਚੀਜ਼ ਘੈਂਟ ਆ ਇੱਕ ਨੰਬਰ ਤੇ ਹੁਣ ਇਹਦੇ ਨਾਲ ਤੇ ਇੱਕ ਹੋਰ ਰੰਗ ਹੈਗਾ ਭਾਜੀ ਇਹਦੇ ਨਾਲ ਵਾਈਟ ਹੁੱਡੀ ਅਟੈਚ ਹੈ ਇਹਦੇ ਨਾਲ ਇਹਦੇ ਨਾਲ ਵਾਈਟ ਹੁੱਡੀ ਅਟੈਚ ਹੈ ਹਾਂਜੀ ਹਾਂਜੀ ਫੁੱਲ ਇਮੋਲਟਰੀ ਆਏਗੀ ਕੋਈ ਵੀ ਇਹਦਾ ਇਹ ਨਹੀਂ ਕਿ ਵਾਸ਼ਿੰਗ ਤੇ ਲੱਗ ਜਾਏਗਾ ਕੁਝ ਨਹੀਂ ਹੋਏਗਾ ਅੱਛਾ ਜੀ ਇਹਦੇ ਬੈਕ ਤੇ ਵੀ ਚੈੱਕ ਕਰ ਲਓ ਲੁੱਕ ਤੁਸੀਂ ਵੀਰ ਮੇਰਾ ਤੁਸੀਂ ਚੈੱਕ ਕਰੋ ਓਰੀਜਨਲ ਆਰਟੀਕਲ ਤੁਸੀਂ ਕਹਿ ਸਕਦੇ ਹੋ ਨਾਰਥ ਫੇਸ ਦਾ ਇਹਦੇ ਦੋ ਰੰਗ ਤਾਂ ਨਵਾਂ ਵਿਖਾ ਤੇ 4500 ਰੁਪਏ ਦਾ ਰੇਟ ਆ ਤੇ ਹੁਣ ਇੱਕ ਨੈਕਸਟ ਹੀ ਆਰਟੀਕਲ ਚੈੱਕ ਕਰੋ ਇਹ ਵੀ ਨਹੀਂ ਬੜਾ ਆਰਟੀਕਲ ਇਸ ਤਰ੍ਹਾਂ ਨਾਰਥ ਫੇਸ ਬਾਈ ਕੋ ਜੈਕਟ ਆਈਆਂ ਬਹੁਤ ਹੀ ਘੈਂਟ ਮਿੰਟਰ ਤਾਂ ਬੜਾ ਸ਼ੁਰੂ ਹੋ ਗਿਆ ਤੇ ਛੇਤੀ ਛੇਤੀ ਵਿਜ਼ਿਟ ਕਰੋ ਇੱਥੇ ਬਾ ਭਾਈ ਇਹਦਾ ਕੀ ਪ੍ਰਾਈਸ ਦੱਸਿਆਣਗੇ ਇਹਦਾ ਭਾਜੀ ਇਹਦਾ ਪੈ ਜਾਊਗਾ ਤੁਹਾਨੂੰ 2250 ਵੀਰ ਮੇਰੇ ਇਹਦਾ ਪ੍ਰਾਈਸ ਥੋੜਾ ਘੱਟ ਆ ਇਹਦਾ ਹੈਗਾ 3250 ਤੇ 50 ਰੁਪਏ ਰੇਟ ਇੱਕ ਤਾਂ ਤੁਸੀਂ ਜੈਕਟ ਪਾ ਕੇ ਵੇਖਿਓ ਮੈਨੂੰ ਅੱਜ ਲੱਗਣ ਦਾ ਬੜਾ ਸਟੱਫ ਦਾ ਪਤਾ ਇੱਕ ਨੰਬਰ ਸਟੱਫ ਆ ਇੱਕ ਆ ਗਦਰ ਇਹਦੇ ਚ ਇਹਦੇ ਚ ਕਾ ਰੰਗ ਆ ਗਿਆ ਇਹਦੀ ਕੈਪ ਵੀ ਅਟੈਚ ਆ ਨਾਲ ਉਹਦੇ ਅੱਛਾ ਜੀ ਆ ਕੈਪ ਵਾਲੀ ਜਗ੍ਹਾ ਇਹ ਵਾਟਰਪ੍ਰੂਫ ਵੀ ਆ ਵਿਦ ਹੀਟ ਵੀ ਆ ਇਹ ਵਾਟਰਪ੍ਰੂਫ ਵੀ ਆ ਹੀਟ ਲਈ ਜੈਕਟਾਂ ਵਾ ਤੇ ਇੱਕ ਭਾਈ ਸਾਹਿਬ ਤੁਹਾਡੇ ਕੋਲ ਗੱਲ ਪੁੱਛਣੀ ਆ ਜਿਹੜੇ ਕਿਸੇ ਮੇਰੇ ਵੀਰ ਨੇ ਡਿਲੀਵਰੀ ਕਰਾਉਣੀ ਹੋ ਜੂਗੀ ਭਾਈ ਆਲ ਓਵਰ ਇੰਡੀਆ ਦੇ ਵਿੱਚ ਵਰਲਡ ਵਾਈਡ ਸ਼ਿਪਿੰਗ ਸਾਰੇ ਹੀ ਅਵੇਲੇਬਲ ਆ ਸਾਡੇ ਕੋਲ ਅੱਛਾ ਜੀ ਮਰਜ਼ੀ ਆਰਡਰ ਕਰ ਸਕਦੇ ਤੁਸੀਂ ਅੱਛਾ ਜੀ ਤੇ ਆਰਡਰ ਹੋ ਜਾਏਗਾ ਵੀਰ ਮੇਰੇ ਇਹਦੀ ਜੈਕਟਾਂ ਸਕਰੀਨਸ਼ਾਟ ਮਾਰੀਓ ਜੇ ਤੁਸੀਂ ਥੋੜੀ ਹੱਟ ਤੋਂ ਦੂਰ ਜੇ ਤੇ ਤੁਹਾਨੂੰ ਆਪਾਂ ਐਂਡ ਦਾ ਐਡਰੈਸ ਵੀ ਮੈਂਸ਼ਨ ਕਰਾਂਗੇ ਤੁਸੀਂ ਡਿਲੀਵਰੀ ਕਰਾ ਸਕਦੇ ਜੀ ਬਾਈ ਤੋਂ ਹੁਣ ਜੈਕਟ ਆ ਗਈਆਂ ਹਾਫ ਹਾਫ ਦੀ ਜੈਕਟ ਚੈੱਕ ਕਰੋ ਕਲਰ ਚੈੱਕ ਕਰੋ ਇਹਦੇ ਚ ਚਾਰ ਕਲਰ ਹੈ ਇਹਦੇ ਚ ਹਾਂਜੀ ਇੱਕ ਬਲੂ ਵੀ ਕਲਰ ਮਿਲ ਜਾਏਗਾ ਇਹਦੇ ਨਾਲ ਦੀ ਮੈਂ ਵੀ ਬਾਈ ਦੀ ਚੈੱਕ ਕਰੋ ਮੈਂ ਵੀ ਬਾਈ ਕੋਈ ਪਰਚੇਸ ਕੀਤੀ ਆ ਤੇ ਸੋਚੋ ਦਾ ਕਮੈਂਟ ਜੇ ਤੁਸੀਂ ਦੱਸੋ ਨਾ ਰੇਟ ਕੀ ਹੋਊਗਾ ਸੋਚੋ ਕਮੈਂਟ ਤੁਹਾਨੂੰ ਰੇਟ ਦਵਾਂਗੇ ਘੈਂਟ ਚੀਜ਼ ਵੀ ਘੈਂਟ ਦਵਾਂਗੇ ਨਹੀਂ ਨਹੀਂ ਲੱਗਾ ਪਤਾ ਬਾਈ ਦੱਸੋ ਰੇਟ 1500 ਰੁਪਏ ਰੇਟ ਦਾ ਭਾਜੀ 1500 ਰੁਪਏ ਰੇਟ ਤੁਹਾਨੂੰ ਦੇਵਾਂਗੇ ਤੇ ਚੀਜ਼ ਦੀ ਕੁਆਲਿਟੀ ਇੱਕ ਨੰਬਰ ਇਹਦੇ ਨਾਲ ਦੀ ਬਾਜ਼ਾਰ ਚ ਮਿਲਦੀ ਆਣਗੀਆਂ ਹੋਰ ਪਰ ਜਿਹੜੀ ਇਹ ਕੁਆਲਿਟੀ ਹੈ ਨਾ ਇਹ ਬੈਸਟ ਆ ਸਰ ਪਲਸ ਸਮਾਲ ਸਾਰਾ ਇਹਦੇ ਚ ਆ ਤੁਸੀਂ ਚੈੱਕ ਕਰੋ ਇਹ ਬਟਨ ਦੀ ਐਕਸੈਸਰੀ ਹਾਂਜੀ ਹਾਂਜੀ ਇਹ ਜਿੱਪਾਂ ਦੀ ਐਕਸੈਸਰੀ ਇਹ ਜੈਕਟ ਨੂੰ ਖਾਸ ਗੱਲ ਇਹ ਆ ਵੀ ਇਹਨੂੰ ਲੱਗੀ ਐਕਸੈਸਰੀ ਬਹੁਤ ਸੋਹਣੀ ਬਟਨ ਤੋਂ ਲੈ ਕੇ ਜਿੱਪਾਂ ਤੱਕ ਕੀ ਜੈਕਟ ਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਜੇ ਕੁਆਲਿਟੀ ਜੈਕਟ ਦੀ ਬਹੁਤ ਹੀ ਘੈਂਟ ਆ ਬਾਈ ਕੋ ਸਟਾਕ ਆ ਬੜਾ ਕਰਾ ਤੁਸੀਂ ਨਾ ਨਿਗਾਹ ਮਾਰੋ ਪਿੱਛੇ ਸਟਾਕ ਬਾਈ ਕੋ ਬਹੁਤ ਜ਼ਿਆਦਾ ਜੀਨਾਂ ਸ਼ਰਟਾਂ ਬੈਲਟਾਂ ਤੁਹਾਨੂੰ ਇੱਕ ਤਾਂ ਮੈਂ ਹੋਰ ਗੱਲ ਦੱਸਦਾ ਵਾਂ ਤੁਹਾਨੂੰ ਪਤਾ ਹਰ ਵਲੌਗ 'ਚ ਆਪਾਂ ਲਗਭਗ ਆਫਰ ਲੈ ਕੇ ਆਉਂਦੇ ਹਾਂ
ਬਾਈ ਨੇ ਵੀ ਇੱਕ ਆਫਰ ਲਾਈ ਹੈ ਪਰ ਆਫਰ ਤਾਂ ਆਪਾਂ ਦੱਸਾਂਗੇ ਲਾਸਟ 'ਚ, ਤੁਸੀਂ ਹੁਣ ਬਲੌਗ ਨਾਲ ਤੁਸੀਂ ਜੁੜੇ ਰਹੋ ਬਸ। ਹੁਣ ਆ ਗਈਆਂ ਹੁੱਡੀਆਂ ਅੰਡਰ ਆਰਮਰ, ਓਏ ਹੋਏ ਬਾਈ ਜੀ ਪੈਚ ਲੱਗਾ ਹੋਇਆ ਇਹਦੇ ਹਾਂਜੀ ਸੈਟ ਦੇ ਵਿੱਚ, ਹੈਵੀ ਫਲੀਸ ਆਏਗੀ ਇਹਦੇ 'ਚ। ਅੱਛਾ ਜੀ, ਇਹਦਾ ਭਾਈ ਕੀ ਪ੍ਰਾਈਸ? ਇਹਦਾ ਭਾਜੀ 1450 ਆ, ਲੈਸ ਕਰਕੇ 1300 ਲਾ ਦਾਂਗੇ। ਵੀਰ ਮੇਰੇ ਅੰਡਰ ਆਰਮਰ ਦੀ ਆਦੀ ਚੈੱਕ ਕਰੋ ਮੇਰੇ ਲੱਗੀ, ਵੇਖੋ 1350 ਰੇਟ ਇਹਦਾ ਤੇ ਆਪਣਾ 1300 ਕਿਆ 1300 ਰੁਪਿਆ ਰੇਟ ਲੱਗ ਜਾਏਗਾ। 1450 ਰੇਟ ਆ ਉਹਦਾ, 1450 ਰੁਪਏ ਰੇਟ ਆ ਤੇ ਤੁਸੀਂ ਚੈੱਕ ਕਰੋ ਲੁੱਕ ਕਿੰਨੀ ਸਿੰਪਲ ਤੇ ਵਧੀਆ ਲੁੱਕ ਇਹਦੇ 'ਚ, ਰੰਗ ਤੁਸੀਂ ਚੈੱਕ ਕਰੀ ਜਾਓ। ਇਹ ਦੂਜਾ ਆ ਗਿਆ ਏਅਰ ਦੀ ਆ ਗਈ ਜੇ ਬਲੂ ਕਲਰ, ਫਿਰ ਆ ਗਈ ਅੰਡਰ ਆਰਮਰ ਬਲੈਕ ਕਲਰ, ਆ ਬਲੈਕ ਰੰਗ ਵੀ ਆ ਜੂਗਾ ਇਹ 'ਚ। ਰੇਟ ਭਾਈ ਸੇਮ ਹੈ 1300 ਹੀ, 1300 ਇਹ ਤੁਹਾਨੂੰ 1300 ਰੁਪਏ ਦੀ ਮਿਲ ਜੂਗੀ ਵੀਰ ਮੇਰੇ, ਕੁਆਲਿਟੀ ਤੁਹਾਨੂੰ ਚੰਗੀ ਮਿਲੂਗੀ, ਇੱਕ ਨੰਬਰ ਮਿਲੂਗੀ ਇੱਥੇ ਕੁਆਲਿਟੀ ਨਾਲ, ਇੱਥੇ ਕੋਈ ਕੰਪਰੋਮਾਈਜ਼ ਨਹੀਂ, ਰੇਟ ਭਾਵੇਂ ਤੁਹਾਨੂੰ ਥੋੜ੍ਹਾ ਜ਼ਿਆਦਾ ਲੱਗੇ ਪਰ ਕੁਆਲਿਟੀ ਇੱਕ ਨੰਬਰ। ਠੀਕ ਹੁਣ ਚੈੱਕ ਕਰੋ ਚੀਜ਼ ਆ ਜਾਏਗੀ, ਹੁਣ ਪਰਾਡਾ ਦੀਆਂ ਆ ਗਈਆਂ ਜੀ, ਇਹਦਾ 1100 ਰੇਟ ਆ। ਅੱਜ ਕੱਲ੍ਹ ਚੱਲਦੀ ਪਈ ਵੀਰ ਮੇਰੇ ਉਹ ਹਾਫ ਜਿਪ, ਅਤੇ ਇਹ ਹੈਗੀ ਕੋਚ ਦੀ, ਪਰਾਡਾ ਦੀ ਹੈਗੀ ਆਹ ਵਾਲੀ, ਚਾਰ ਕਲਰ ਦੇ ਦਾਂਗੇ ਇਹਦੇ 'ਚ। ਅੱਛਾ, ਸਿੰਗਲ ਕਲਰ ਇਹਦੇ ਤੁਹਾਨੂੰ ਚਾਰ ਰੰਗ ਮਿਲ ਜਾਣਗੇ ਇਹਦੇ 'ਚ ਸਿੰਗਲ ਕਲਰ। ਭਾਈ ਇੱਕ ਹੋਰ ਗੱਲ, ਜੇ ਮੇਰਾ ਵੀਰ ਕੋਈ ਸਾਈਜ਼ ਮੰਗੇ, ਸਾਈਜ਼ ਤੁਹਾਡੇ ਕੋਲ ਸਾਰੇ ਸਾਈਜ਼ ਅਵੇਲੇਬਲ ਹੈ ਨਾ, ਐਮ ਤੋਂ ਲੈ ਕੇ ਡਬਲ ਐਕਸਲ ਸਾਈਜ਼ ਸਾਰੇ ਮਿਲ ਜਾਣਗੇ ਇਹਦੇ 'ਚ, ਸਾਈਜ਼ ਤੁਹਾਨੂੰ ਸਾਰੇ ਮਿਲ ਜਾਣਗੇ। ਤੁਸੀਂ ਬਸ ਇੱਕ ਕੱਪੜਾ ਚੈੱਕ ਕਰੋ ਇੱਕ ਰਾਹ ਕੇ ਇੱਥੇ, ਆਹਦੇ ਹੀ ਹੁਣ ਬੈਗ ਤੋਂ ਤੁਸੀਂ ਚੈੱਕ ਕਰ ਸਕਦੇ ਜੀ। ਇਹ ਗਿਆ ਕਾਲਰ ਵਾਲੀਆਂ, ਹੁਣ ਆ ਗਈ ਡਿਓਰ ਦੀ, ਆਹਦੀ ਡਿਓਰ ਦੀ ਚੈੱਕ ਕਰੋ ਕੱਪੜੇ। ਤੁਹਾਨੂੰ ਵੀਰ ਮੇਰੇ ਟੈਂਸ਼ਨ ਵਾਲੋ ਅੱਜ ਵਿਖਾਵਾਂਗੇ ਘੈਂਟ ਤੋਂ ਘੈਂਟ ਸਟੋਕ ਵਾਧੂ ਬਾਈ ਕੋ। ਸਵੈਟਰ ਆ, ਸਵੈਟਰ ਦੇ ਉੱਪਰ ਆਫਰ ਆ। ਅੱਛਾ ਜੀ, ਸਿੰਗਲ ਸਿੰਗਲ ਪੀਸ ਕਰਕੇ ਆਫਰ ਆ, ਜਿਹੜੇ 1400-1300 ਵਿੱਚ ਹੋਏ ਆ, ਸਿਰਫ ਅਤੇ ਸਿਰਫ 950 ਵੀਰ ਮੇਰੇ। 1400 ਦੇ ਸਵੈਟਰ ਦੇ ਵੀਰ ਨੇ ਆਫ ਲਾਈ ਆ, 900 ਦੇ ਆਪਾਂ ਤੁਹਾਨੂੰ ਸਵੈਟਰ ਦੇਵਾਂਗੇ। ਕੁਆਲਿਟੀ ਵੀ ਘੈਂਟ, ਆਹਦੀ ਸਵੈਟਰ ਚੈੱਕ ਕਰੀਓ ਵਾਹ, ਪ੍ਰਿੰਟਡ ਸਵੈਟਰ ਇੱਕ ਨੰਬਰ, ਅੱਜ ਜੈਂਟਲਮੈਨ ਵਾਲੇ ਸਵੈਟਰ ਹੈਗੇ ਜੀ, ਵੇਖ ਲਓ ਇਹਨਾਂ ਸਾਈਜ਼ ਸਿੰਗਲ ਸਿੰਗਲ ਹੋਣਗੇ ਸਰ। ਅੱਛਾ ਜੀ, ਸਾਈਜ਼ ਵੀ ਤੁਹਾਨੂੰ ਲਗਭਗ ਨਾ ਸਾਰੇ ਮਿਲ ਜਾਣਗੇ ਇੱਥੋਂ। ਇੱਕ ਆਹ ਸਵੈਟਰ ਚੈੱਕ ਕਰ ਤੁਸੀਂ ਲਾਈਨਿੰਗ ਵਾਲਾ, ਓਏ ਹੋਏ ਹੋਏ ਕਾਫੀ ਪੀਸ ਆਇਆ ਜੇ, ਕਿਆ ਬਾਤ ਹੈ। ਰੇਟ ਭਾਈ 900 ਸਾਰਿਆਂ ਦਾ, 900 ਲਾ ਦਾ ਵੀਰ ਮੇਰੇ, ਰੇਟ 900 ਰੁਪਿਆ ਰੱਖਿਆ ਵੀਰ ਨੇ, ਜੋ ਰੇਟ ਆਪਾਂ ਤੁਹਾਨੂੰ ਦੱਸੇ ਆ ਨਾ ਉਹੀ ਲੱਗਣਗੇ, ਵੱਧ ਨਹੀਂ ਲੱਗਣਗੇ ਤੁਹਾਨੂੰ। ਹਾਂ ਭਾਈ ਆਹ ਪੀਸ ਬੜਾ ਸੋਹਣਾ ਯਾਰ ਵੀਰ ਮੇਰੇ, ਮੈਨੂੰ ਸਿੰਪਲ ਚੀਜ਼ਾਂ ਪਸੰਦ ਆਉਂਦੀਆਂ ਅਤੇ ਮੇਰੇ ਹਿਸਾਬ ਨਾਲ ਜਿਹੜਾ ਆਪਾਂ ਭਾਈ ਕੋਲ ਲੈ ਹੀ ਜਾਵਾਂਗੇ। ਸੋਹਣੀ ਜੈਕਟ, ਸੋਰੀ ਸਵੈਟਰ ਵੀਰ ਮੇਰੇ, ਤੁਸੀਂ ਚੈੱਕ ਕਰੋ ਸਟੋਕ ਢੇਰ ਲਾ ਤਾ ਬਾਈ ਨੇ 50 ਮਿੰਟਾਂ ਜੀ, ਆਹਦੀ ਨਿਗਾਹ ਮਾਰੀਓ ਵਾ, ਜਿਹੜਾ ਪਸੰਦ ਆਉਂਦਾ ਨਾ ਸਕਰੀਨ ਸ਼ੋਟ ਇੱਕ ਨਾ ਮਾਰੀਓ ਤੁਸੀਂ ਵਾ। ਇੱਕ ਇਹ ਤੁਸੀਂ ਰੰਗ ਚੈੱਕ ਕਰੋ ਕਿੰਨਾ ਬ੍ਰਾਈਟ ਰੰਗ ਆ, ਕਿੰਨਾ ਬ੍ਰਾਈਟ ਕਲਰ ਇਹਦਾ ਭਾਈ, 900 ਨਾ ਸਾਰਾ 900 ਹੀ ਲੱਗੂਗਾ ਤੁਹਾਨੂੰ, ਦੇਖ ਲਓ ਇੱਕੋ ਰੇਟ ਰੱਖਿਆ ਬਾਈ ਨੇ। ਹੁਣ ਆਪਾਂ ਤੁਹਾਨੂੰ ਸਵੈਟਰਾਂ ਵਿਖਾ ਦਿੱਤੀਆਂ ਬਾਈ ਜੀ, ਹੁਣ ਆਪਾਂ ਨਾ ਜੀਨਾ ਵਿਖਾਈ ਆਪਾਂ, ਹਾਂ ਆਓ ਤੁਹਾਨੂੰ ਵੀਰ ਮੇਰਾ, ਹੁਣ ਆਪਾਂ ਜੀਨਾ ਵਿਖਾਈਏ। ਜਿਨ੍ਹਾਂ ਦੇ ਮੈਨੂੰ ਕਮੈਂਟ ਆਉਂਦੇ ਮੁੰਡਿਆਂ ਦੇ ਵੀ ਭਾਈ ਤੁਸੀਂ ਜੀਨਾ ਨਾ ਘੱਟ ਦੇ ਵਿੱਚ ਬੂਟ ਕੱਟ, ਉਹ ਸਟੇਟ ਦੇ ਵਿੱਚ ਜਿਹੜੇ ਖੁੱਲੇ ਬੋਟਮ ਵਾਲੇ ਆ, ਸਾਰੇ ਖੁੱਲੇ ਬੋਟਮ ਭਾਜੀ। ਇਹਦਾ ਬੋਟਮ ਕਿੰਨਾ ਗਾ? ਇਹਦਾ ਬੋਟਮ ਭਾਜੀ 20+ ਆਏਗਾ ਵੀਰ ਮੇਰੇ, 20+ ਬੋਟਮ। ਤੁਸੀਂ ਜੀਨ ਚੈੱਕ ਕਰੋ, ਜੀਨ ਦੀ ਗਰੇਸ ਤੁਹਾਨੂੰ ਆਮ ਨੀਲਾ ਰੰਗ ਮਿਲੂਗਾ, ਕਾਲਾ ਮਿਲੂਗਾ। ਭਰਾ ਜਿਹੜੀ ਜੀਨ ਭਾਜੀ ਨੇ ਪਹਿਲੀ ਕੱਢੀ ਹੈ ਨਾ, ਇਹ ਦਿਲ ਲੁੱਟ ਕੇ ਲੱਗੀ ਤੁਹਾਡੇ ਭਰਾ। ਆਹ ਤੁਸੀਂ ਚੈੱਕ ਕਰੋ ਕਿਆ ਬਾਤ ਜੀਨ ਆ। ਇਹਦਾ ਭਾਈ ਪ੍ਰਾਈਸ ਕੀ ਜੀਨ ਦਾ? ਇਹਦਾ ਭਾਜੀ 1450। ਇਹਦਾ ਵੀਰ ਮੇਰਾ 1450 ਰੁਪਏ ਰੇਟ ਆ। ਵਾਸ਼ਿੰਗ ਦੇ ਰੰਗ ਉਤਰਦਾ ਦੱਬ ਪੈਂਦੇ ਆ ਪੀਸ ਜਾਏਗਾ, ਜੇ ਵੀਰ ਮੇਰਾ ਤੁਹਾਨੂੰ ਗਰੰਟੀ ਵੀ ਨਾਲ ਮਿਲ ਗਈ ਜੀ, ਲੱਭ ਪੈਂਦੀ ਆ ਜਾਂ ਵਾਸ਼ਿੰਗ 'ਚ ਰੰਗ ਉਤਰਦਾ ਵਾ, ਤੁਹਾਨੂੰ ਪੀਸ ਬਦਲ ਕੇ ਦਊਗਾ ਭਾਈ। ਅਸੀਂ ਨਿਗਾਹ ਮਾਰੀ ਜੀ, ਬਸ ਇੱਕ ਆਹ ਰੰਗ ਦੀ ਚੈੱਕ ਕਰੋ, ਇਹਦੇ ਵਿੱਚ ਨੀ ਕੱਟ ਦੇ ਵਿੱਚ ਅੰਦਰ ਕੱਪੜਾ ਲੱਗਾ ਹੋਇਆ, ਵਿਦਆਊਟ ਕੱਪੜਾ ਤਾਂ ਚਾਹੀਦੀ ਆ ਵੀ ਮਿਲ ਜਾਏਗੀ। ਇਹਦਾ ਭਾਈ ਕੀ ਪ੍ਰਾਈਸ? ਇਹਦਾ 1350 ਰੁਪਏ। ਇਹਦਾ 1350 ਰੁਪਏ ਰੇਟ ਵੀਰ ਮੇਰਾ, ਸਕਰੀਨ ਸ਼ੋਟ ਮਾਰੀ ਜੀ ਤੁਸੀਂ ਜੀਨਾਂ ਦੇ ਵੀ, ਜਿੰਨਾ ਵੀ ਪੂਰੀਆਂ ਘੈਂਟ ਸ਼ੇਪ ਪੂਰੀ ਬਣੀ ਵਧੀਆ। ਇੱਕ ਆਹ ਤੁਸੀਂ ਚੈੱਕ ਕਰੋ ਰੰਗ, ਲੋ ਜੀ ਆਹ ਕੱਢੀ ਬਾਈ ਨੇ ਰਗੜ ਜੀਨ, ਇਹ ਬੜੀ ਭਾ ਛੱਡੀ ਸੀ ਸਕੂਲ ਟਾਈਮ ਤੇ, ਹੈ ਬਾਲ ਜੀਨ ਆ ਬਾਈ ਜੀ। ਇਹਦਾ ਰੇਟ ਕੀ ਹੈ? ਇਹਦਾ 1650। ਇਹਦਾ 1650 ਰੁਪਏ ਰੇਟ ਹੈ ਵੀਰ ਮੇਰੇ, ਜਿੱਦਾਂ ਦੀ ਕੁਆਲਿਟੀ ਆਊਗੀ ਨਾ ਤੇ ਫਿਰ ਰੇਟ ਉਸ ਹਿਸਾਬ ਨਾਲ ਆਪਾਂ ਲਾਵਾਂਗੇ। ਹਜ਼ਾਰਾਂ ਦੀ ਕੁਆਲਿਟੀ ਦਿਖਾ ਦਿੰਦੇ ਆ, ਤਾਂ ਇੱਕ ਵੀਰ ਕੋ ਕੁਆਲਿਟੀ ਥੋੜ੍ਹੀ ਕਹਿ ਲਓ ਵੀ ਕੁਆਲਿਟੀ ਵੀ ਚੰਗੀ ਆ ਅਤੇ ਥੋੜ੍ਹਾ ਰੇਟ ਉਹਦਾ ਘੱਟ ਆ, ਪਰ ਕਿੰਨਾ ਰੇਟ ਭਾਈ ਉਹਦਾ? ਇਹਦਾ ਜਿਹੜੀ ਮੈਂ ਫੜੀ ਇਹਦਾ ਕਿੰਨਾ? ਇਹਦਾ 1450 ਰੁਪਏ। ਇਹਦਾ 1450 ਰੁਪਏ ਰੇਟ ਆ, ਅਤੇ ਹੁਣ ਤੁਹਾਨੂੰ 1000 ਵਾਲੀ ਜੀਨ ਵੀ ਵਿਖਾਉਂਦੇ ਹਾਂ, ਆਹ 1000 ਰੁਪਇਆ। ਇਹਦੀ ਵੀ ਕੁਆਲਿਟੀ ਬਹੁਤ ਵਧੀਆ ਵਾ, ਇਹ ਆਪਾਂ ਘਰੇ ਵੀ ਪਾ ਸਕਦੇ ਹਾਂ, ਕਿਤੇ ਜਾਣਾ ਹੋਵੇ ਉੱਥੇ ਵੀ। ਸਪੋਕਰ ਜੋਗਰ ਆ ਜਾਣਗੇ ਜੀ। ਲਓ ਜੀ ਆਹ ਵੱਖਰੀ ਡਿਫਰੈਂਟ ਵਰਾਇਟੀ ਕੱਢੀ ਬਾਈ ਨੇ, ਜੋਗਰ ਆ ਗਏ ਜੋਗਰ।
ਆਰਟੀਕਲ ਸਾਰੇ ਮਿਲਣਗੇ ਸਾਈਜ਼ ਨਾਲ ਤੋਂ 30 ਤੋਂ ਲੈ ਕੇ 36 ਤੱਕ ਮਿਲ ਜਾਣਗੇ 36 40 45 ਸਾਈਜ਼ ਵੀ ਆਪਣੇ ਕੋਲ ਅਵੇਲੇਬਲ ਆ ਵੀਰ ਮੇਰੇ ਬਾਈ ਕੋ ਸਾਈਜ਼ 8 ਦਾ ਮਿਲ ਜੂਗਾ ਕਮਰ ਦਾ ਵੀ ਲੈਂਥ ਦਾ ਵੀ ਤੇ ਵੀਰ ਮੇਰੇ ਤੁਹਾਨੂੰ ਜੀਨਾ ਪਾਣ ਨਾ ਅੱਜ ਹੁਣ ਸਾਰੇ ਵਲੌਗ ਤਾਂ ਪਰ ਕਾਣ ਸਕਦੇ ਆਪਾਂ ਹੁਣ ਕੁਝ ਹੋਰ ਵੀ ਕਵਰ ਕਰਨਾ ਵਾ ਹੁਣ ਆਪਾਂ ਤੁਹਾਨੂੰ ਦਿਖਾਉਣੇ ਸ਼ਰਟਾਂ ਤੇ ਸ਼ਰਟਾਂ ਦੀ ਪ੍ਰਿੰਟ ਚੈੱਕ ਕਰੋ ਇੱਕੜਾ ਅਲੀ ਸ਼ਰਟਾਂ ਚੈੱਕ ਕਰੋ ਕਰਨ ਵੇਲੇ ਵਾਲੀਆਂ ਹੈ ਇਹੋ ਜਿਹੇ ਵੀਰ ਮੇਰੇ ਅੱਜ ਕੱਲ੍ਹ ਪੰਜਾਬੀ ਸੌਂਗ 'ਚ ਨਾ ਸਿੰਗਰਾਂ ਨੇ ਪਾਈਆਂ ਹੁੰਦੀਆਂ ਇਹਦਾ ਬਾਈ ਕੀ ਰੇਟ ਹੈ ਇਹਦਾ 750 750 ਵੀਰ ਮੇਰੇ ਹੁਣੇ ਨਾ ਤੁਹਾਨੂੰ ਮੈਂ ਕਿੰਨਾ ਵੀ ਇੱਕ ਅਜੇ ਕੱਲ੍ਹ ਹੀ ਮੈਂ ਗਿਆ ਹਾਂ ਮਾਰਕੀਟ ਇਹ 950 ਦੇ ਦੇਣ ਡਿਆ ਮੈਨੂੰ ਇੱਕ ਜਾਣਾ ਅਤੇ ਬਾਈ ਨੇ 750 ਰੁਪਏ ਰੇਟ ਕਿਹਾ ਵੀ ਚੰਗੀ ਕੁਆਲਿਟੀ ਦਾ ਇਹਦਾ ਤੇ ਸਕਰੀਨ ਸ਼ਾਟ ਪੱਕਾ ਮਾਰੋ ਇੱਕ ਆਹ ਦੇ ਕਲਰ ਚੈੱਕ ਕਰੀਏ ਇਹ 'ਚ ਬਾਹ ਇੱਕ ਆਹ ਕਲਰ ਜੇ ਇੱਕ ਆਹ ਜੇ ਸ਼ਰਟਾਂ ਬੁੜੀਆਂ ਘੈਂਟ ਆ ਇੱਕ ਆਹ ਵੇਖੋ ਰੰਗ ਇਹ ਬੜਾ ਬਰਾਈਟ ਜਿਹਾ ਵੀਰ ਮੇਰੇ ਵਲੌਗ ਨਾਲ ਤੁਸੀਂ ਜੁੜੇ ਨਾ ਤੁਹਾਨੂੰ ਇਕੱਲਾ ਇਕੱਲਾ ਕੱਪੜਾ ਵਿਖਾਵਾਂਗੇ ਘੈਂਟ ਤੋਂ ਘੈਂਟ ਤੁਸੀਂ ਆ ਕੇ ਨਾ ਬਸ ਇਹ ਵਿਜਿਟ ਕਰੋ ਮਾਊਸ ਟੈਚਿਸ ਮੈਰਿਜ ਵੇਅਰ ਤੁਹਾਨੂੰ ਐਂਡ ਦਾ ਐਡਰੈਸ ਵੀ ਦੱਸ ਦਿਆਂ ਅਤੇ ਹੁਣ ਵੀਰ ਮੇਰੇ ਉਹ ਤੁਹਾਨੂੰ ਆਪਾਂ ਨਾ ਦਿਖਾਉਂਦੇ ਹਾਂ ਪਜਾਮੇ ਪਜਾਮੇ ਹੈਗੇ ਬਾਈ ਜੀ ਪਜਾਮੇ ਲੱਗੇ ਉਸ ਸਾਈਡ 'ਤੇ ਆਓ ਆ ਜੇ ਵੀਰ ਮੇਰੇ ਮੋਟੇ ਪਜਾਮੇ ਇਹ ਜੋਕਰ ਸਾਈਜ਼ ਦੇ ਵਿੱਚ ਸਿਕਸ ਪੋਕਟ ਦੇ ਵਿੱਚ ਆਏਗਾ ਸਿਕਸ ਪੋਕਟ ਪਜਾਮਾ ਅੰਦਰਲੀ ਸਾਈਡ ਤੇ ਫਰੀਜ਼ ਹੈਵੀ ਆਏਗੀ ਇਹਦੇ ਨਾਲ ਅੱਛਾ ਜੀ ਕਲਰ ਵਾਸ਼ਿੰਗ ਤੇ ਰੰਗ ਉਤਰਦਾ ਆ ਦੱਬ ਪੈਂਦੇ ਆ ਪੀਸ ਚੇਂਜ ਕਰ ਦਾਂਗੇ ਬੁਰ ਦੀ ਫੁੱਲ ਗਰੰਟੀ ਆ ਇਹਦੀ ਬੁਰ ਦੀ ਪੂਰੀ ਗਰੰਟੀ ਆ ਵੀਰ ਦੀ ਤੇਰਾ ਬਾਈ ਰੇਟ ਕੀ ਆ ਇਹਦਾ ਭਾਜੀ 1350 1350 ਰੁਪਏ ਰੇਟ ਤੁਸੀਂ ਪੈਂਟ ਸਿਕਸ ਪੋਕਟ ਮੈਂ ਵੀ ਪਾਈ ਤੁਸੀਂ ਚੈੱਕ ਕਰੋ ਬਟ ਹੁਣ ਪਜਾਮਾ ਸਿਕਸ ਪੋਕਟ ਕੱਢਤਾ ਵੇਖ ਲਓ ਤੁਸੀਂ ਚੈੱਕ ਕਰੋ ਪਜਾਮਾ ਸਿਕਸ ਪੋਕਟ ਇਹਦਾ ਜੀ ਰੰਗਾ ਵੀ ਆਜੂਗਾ ਇਹ ਵਿਦਾਊਟ ਆ ਵਿਦਾਊਟ ਪੋਕਟ ਆ ਵਿਦਾਊਟ ਪੋਕਟ ਇਹਦਾ ਭਾਈ ਕੀ ਰੇਟ ਆ 1200 ਇਹਦਾ ਰੇਟ 1200 ਆ ਇਹਦਾ ਹੈਗਾ ਸੀ 1350 ਇਹਦਾ 1350 ਇਹਦੇ 'ਚ ਤੁਹਾਨੂੰ ਸਿੰਪਲ ਵੀ ਮਿਲ ਜੂਗਾ ਵਿਦਾਊਟ ਪੋਕਟ ਤੁਸੀਂ ਚੈੱਕ ਕਰੋ ਪੋਕਟ ਵਾਲੇ ਆਰਟੀਕਲ ਵੀ ਆ ਗਏ ਪਜਾਮਾ ਵੀਰ ਕੋ ਹਰ ਤਰ੍ਹਾਂ ਦੀ ਨਾ ਸ਼ਰਟ ਹੋਵੇ ਪਜਾਮਾ ਹੋਵੇ ਜੈਕਟ ਹੋਵੇ ਕਲਰ ਡਿਫਰੈਂਟ ਡਿਫਰੈਂਟ ਕਲਰ ਸਭ ਤੁਹਾਨੂੰ ਮਿਲ ਜਾਣਗੇ ਇੱਥੇ ਹਰ ਤਰ੍ਹਾਂ ਦੀ ਵਰਾਇਟੀ ਮਿਲੂਗੀ ਆਹ ਕਾ ਕਲਰ ਤੁਸੀਂ ਚੈੱਕ ਕਰੋ ਓਏ ਹੋਏ ਹੋਏ ਬਾਈ ਜੀ ਇਹ ਦਿਲ ਉੱਡ ਲਿਆ ਸਾਡਾ ਤੁਸੀਂ ਤੇ ਕਿਆ ਬਾਤ ਹੈ ਕਿਆ ਬਾਤ ਹੈ ਕਨਵਰਸ ਓਏ ਹੋਏ ਹੋਏ ਇਹਨੂੰ ਰਿਬ ਨਾਲ ਤੁਸੀਂ ਨੈਰੋ ਵੀ ਕਰ ਸਕਦੇ ਹੋ ਸਟ੍ਰੇਟ ਵੀ ਕਰ ਸਕਦੇ ਹੋ ਇੱਕ ਆਹ ਚੀਜ਼ ਬਾਈ ਨੇ ਬਹੁਤ ਜ਼ਿਆਦਾ ਦੱਸੀ ਦੱਸਿਓ ਭਾਜੀ ਇਹਨੂੰ ਆਪਾਂ ਨੈਰੋ ਵੀ ਬਣ ਸਕਦਾ ਹੈ ਹਾਂਜੀ ਹਾਂਜੀ ਕਿ ਨੈਰੋ ਬਣਾ ਲਓ ਭਾਵੇਂ ਭਾਵੇਂ ਸਟ੍ਰੇਟ ਬੋਟਮ ਬਣਾਓ ਆ ਵੀਰ ਮੇਰੇ ਦੋਵੇਂ ਕੰਮ ਕਰਦਾ ਰਿਬ ਵੀ ਬਣ ਜਾਂਦੀ ਜੇ ਤੇ ਸਿੰਪਲ ਵੀ ਰਹਿ ਜਾਂਦਾ ਜੀ ਆਰਟੀਕਲ ਬ੍ਰਾਂਡ ਸਾਰੇ ਬ੍ਰਾਂਡ ਮਿਲ ਜਾਣਗੇ ਕਲਰ ਨਾਲ 2-3-4 ਕਲਰ ਹੋਣਗੇ ਸਾਰੇ ਆਰਟੀਕਲ ਦੇ ਵੀਰ ਕੋ ਸਟਾਕ ਆ ਬਹੁਤ ਜ਼ਿਆਦਾ ਤੇ ਹੁਣ ਤੁਹਾਨੂੰ ਆਪਾਂ ਨਾ ਇੱਕ ਹੋਰ ਚੀਜ਼ਾਂ ਦਿਖਾਉਂਦੇ ਹਾਂ ਥੋੜੇ ਹੋਰ ਆਰਟੀਕਲ ਆਏ ਬਾਈ ਕੋ ਨਵੇਂ ਆਏ ਜੇ ਅਜੇ ਨਾ ਬਾਈ ਨੇ ਕੀ ਕੱਲ ਵੀ ਮਾਲ ਲਿਆਂਦਾ ਆ ਤੇ ਕੁਝ ਮਾਲ ਅਜੇ ਡਿਸਪਲੇ ਨਹੀਂ ਕੀਤਾ ਆ ਆਪਾਂ ਆਰੀ ਚੈੱਕ ਕਰੋ ਵਿੱਚ ਬਹੁਤ ਕਮਾਲ ਹੈ ਬਾਈ ਕੋ ਟੋਮੀ ਦਾ ਆਰਟੀਕਲ ਆ ਡਬਲ ਜਿਪ ਦੇ ਵਿੱਚ ਹਾਂਜੀ ਵੀ ਉੱਪਰ ਤੋਂ ਵੀ ਜਿਪ ਬਣ ਜਾਏਗੀ ਥੱਲੋਂ ਵੀ ਜਾਏਗੀ ਡਬਲ ਆਰਟੀਕਲ ਆ ਬਹੁਤ ਟ੍ਰੈਂਡਿੰਗ ਜਾ ਇਸ ਟਾਈਮ ਆਰਟੀਕਲ ਦੇ ਵੱਲ ਆ ਆਰਟੀਕਲ ਟ੍ਰੈਂਡਿੰਗ ਚ ਬਾਈ ਕਹਿੰਦਾ ਤੇ ਡਬਲ ਜਿਪ ਪਿਆ ਉੱਪਰ ਤੋਂ ਉੱਪਰੋਂ ਵੀ ਆਂਦੀ ਤੇ ਥੱਲੋਂ ਵੀ ਆਂਦੀ ਬੰਦਾ ਥੱਲੇ ਨੂੰ ਆ ਗਈ ਬੰਦ ਹੋ ਗਈ ਤੇ ਉੱਪਰ ਖੁੱਲ ਗਈ ਇਹਦਾ ਬਾਈ ਕੀ ਪ੍ਰਾਈਸ ਇਹਦਾ ਬਾਈ 2150 ਇਹਦਾ 2150 ਰੁਪਏ ਰੇਟ ਵੀਰ ਮੇਰੇ ਲੋ ਬਾਈ ਜੈਕਟ ਨਾ ਇਹਦੇ ਨਾਲ ਦੀ ਹੋਰ ਲੈ ਕੇ ਆ ਘੱਟ ਰੇਟ ਦੇ ਵਿੱਚ ਸੇਮ ਆਰਟੀਕਲ ਆ ਬਸ ਇਹਨਾਂ ਦੀ ਕੁਆਲਿਟੀ ਦਾ ਫਰਕ ਆ ਲੋਗੋ ਦੀ ਫਿਨਿਸ਼ਿੰਗ ਦਾ ਫਰਕ ਆਏਗਾ ਇਹਦਾ ਰੇਟ ਹੈਗਾ 1500 ਵੀਰ ਮੇਰੇ ਜੱਜ ਨਹੀਂ ਕਰ ਸਕਦਾ ਇਹ ਤਾਂ ਆਰਟੀਕਲ ਦੀ ਤੇ ਤੁਸੀਂ ਆ ਵੀ ਲੈ ਸਕਦੇ ਇਹਦਾ ਰੇਟ ਹੈਗਾ 1500 ਇਹ ਚ ਸਾਈਜ਼ M ਤੋਂ ਲੈ ਕੇ XL ਸਾਈਜ਼ ਤੱਕ ਮਿਲ ਜਾਣਗੇ ਤੇ ਇੱਕ ਬਾਈ ਕੋ ਜੈਕਟ ਆ ਗਿਆ ਹੋਰ ਯੂਨੀਕ ਜੈਕਟ ਬਹੁਤ ਵਧੀਆ ਤਾਂ ਪੋਲੋ ਦੀ ਆਪਣੇ ਕੋ ਜੈਕਟ ਆਈ ਆ ਬਲੈਕ ਦੇ ਵਿੱਚ ਇਹ ਚ ਕਲਰ 3-4 ਕਲਰ ਦੇ ਦਾਂਗੇ ਫੁੱਲ ਸੈਸੀ ਓਰੀਜਨਲ ਆ ਇਹਦੀ ਪੈਚ ਵੀ ਓਰੀਜਨਲ ਵਾਲੇ ਆਣਗੇ ਫੁੱਲ ਹੈਵੀ ਕੁਆਲਿਟੀ ਦੇ ਵਿੱਚ ਆ ਇਹ ਨਹੀਂ ਕੋਈ ਜੱਜ ਨਹੀਂ ਕਰ ਸਕਦਾ ਕਿ ਲੋਕਲ ਆ ਵੀਰ ਮੇਰੇ ਤੁਹਾਨੂੰ ਮੈਂ ਬਾਰ ਬਾਰ ਇੱਕੋ ਗੱਲ ਕਹਿਣਾ ਕੁਆਲਿਟੀ ਕੁਆਲਿਟੀ ਮੈਟਰ ਕਰਦੀ ਜਿਹੜੇ ਬੰਦੇ ਨੂੰ ਕੁਆਲਿਟੀ ਨਾਲ ਮਤਲਬ ਬਣਾ ਮੈਂ ਕਹਿੰਦਾ ਵੀ ਇੱਥੋਂ ਆ ਕੇ ਵੇਚ ਕੇ ਸਮਾਨ ਲੈ ਜੇ ਕੁਆਲਿਟੀ ਲ ਕੋਈ ਕੰਪਰੋਮਾਈਜ਼ ਨਹੀਂ ਅਦੀ ਚੈੱਕ ਕਰੀਓ ਇਹਦਾ ਬਾਈ ਕੀ ਰੇਟ ਹੈ ਇਹਦਾ ਬਾਜੀ 2750 ਇਹਦਾ 2750 ਰੁਪਏ ਰੇਟ ਵੀਰ ਮੇਰੇ ਵਿੱਚ ਰੇਟ ਦਾ 3000 ਤੋਂ ਪਲੱਸ ਹੀ ਹੋਏਗਾ ਸਹੀ ਗੱਲ ਆ ਇਹਨੇ ਦੇ ਹੈਗੀ ਜੈਕਟ ਵੀਰ ਮੇਰੇ ਹੋਏ ਇਹ ਚ ਰੰਗ ਵੀ ਤੁਹਾਨੂੰ ਮਿਲ ਜਾਣਗੇ ਅਦੀ ਚੈੱਕ ਕਰੋ ਇਹ ਕਾ ਕਲਰ ਹੈਗਾ ਇਹਦੇ ਚ ਵੀਰ ਮੇਰੇ ਕਹਿਣ ਦਾ ਮਤਲਬ ਵੀ ਬਾਈ ਬ੍ਰਾਂਡਡ ਤੁਹਾਨੂੰ ਸਰਪਲਸ ਮਾਲ ਦਊਗਾ ਵੀ ਘੱਟ ਰੇਟ ਦੇ ਵਿੱਚ ਇੱਕ ਆ ਗਿਆ ਟਰੈਕ ਸੂਟ ਅਦੀ ਚੈੱਕ ਕਰੋ ਸਵੇਰੇ ਸਵੇਰੇ ਜਾਂਦੇ ਨਾ ਜੋਗਿੰਗ ਤੇ ਜਾਂ ਮੇਰਾ ਵੀਰ ਕਿਸੇ ਨੇ ਸੈਰ ਕਰਨੀ ਕੋਸ਼ਿਸ਼ ਕਰਨਾ ਅਦੀ ਚੈੱਕ ਕਰੋ ਬਸ ਇਹ ਵੀ ਹੈਵੀ ਫਲੀਸ ਦੇ ਵਿੱਚ ਆਣਗੇ ਹੈਵੀ ਜੇ ਵੇਖ ਲਓ
ਚੁੱਕਦੇ ਭਾਰਾ ਲੱਗਣ ਲੱਗ ਪਿਆ ਮੈਨੂੰ ਤੇ ਇਹਦਾ ਲੋਅਰ ਦਾ ਬੋਟਮ ਸਟੇਟ ਆਏਗਾ ਅੰਦਰਲੀ ਸਾਈਡ ਤੋਂ ਟ੍ਰਿਪਲ ਥ੍ਰੈਡ ਆਏਗਾ ਇਹਦੇ ਚ ਹੈਵੀ ਪੀਸ ਆਏਗੀ ਇਹਦੀ ਵੀਰ ਮੇਰਾ ਸਟੱਫ ਬਾਹਰੋਂ ਦੇ ਘੈਂਟ ਘੈਂਟ ਅੰਦਰੋਂ ਵੀ ਘੈਂਟ ਆ ਇਹ ਮੈਂ ਕਹਿੰਦਾ ਪਾਇਆ ਵੀਰੇ ਪਾਈ ਇਹ ਚ ਠੰਡ ਚ ਗਰਮੀ ਲੱਗਣ ਲੱਗ ਪਵੇ ਤੁਹਾਨੂੰ ਇੱਥੇ ਬੇਸਿਕ ਲੋਗੋ ਆਣਗੇ ਐਡੀਡਾਸ ਹੋ ਗਿਆ ਨਾਈਕੀ ਹੋ ਗਿਆ ਸੈਂਚਰ ਹੋ ਗਿਆ ਬੋਸ ਹੋ ਗਿਆ ਬਰਬਰੀ ਹੋ ਗਿਆ ਵੀਰ ਮੇਰਾ ਸਟਾਕ ਵਾਧੂ ਕਹਿਣਾ ਮਤਲਬ ਇਹਦਾ ਭਾਈ ਕੀ ਰੇਟ ਟਰੈਕ ਸੂਟ ਦਾ ਇਹਦਾ ਭਾਜੀ 2500 ਟਰੈਕ ਸੂਟ ਦਾ ਵੀਰ ਮੇਰਾ ਵਧੀਆ ਕੁਆਲਿਟੀ ਇੱਥੇ ਜਿੱਪਰ ਚਾਹੀਦਾ 2500 ਰੁਪਈਆ ਹਾਫ ਜਿੱਪਰ ਚਾਹੀਦਾ ਫੁੱਲ ਜਿੱਪਰ ਚਾਹੀਦਾ ਸਾਰੇ ਆਰਟੀਕਲ ਮਿਲ ਜਾਣਗੇ ਬੋਟਮ ਇਹਨਾਂ ਦੇ ਸਟੇਟ ਆਣਗੇ ਵੀਰ ਮੇਰੇ ਸਟਾਕ ਹੈਗਾ ਬਹੁਤ ਹੀ ਜ਼ਿਆਦਾ ਤੇ ਹੁਣ ਗੱਲ ਇਦਾਂ ਵੀ ਆਪਾਂ ਨਾ ਤੁਹਾਨੂੰ ਵਲੌਗ ਦੇ ਵਿੱਚ ਸਾਰਾ ਕੁਛ ਹੈ ਨਾ ਆਪਾਂ ਕਵਰ ਕਰ ਨਹੀਂ ਸਕਦੇ ਤੇ ਹੁਣ ਆਪਾਂ ਤੁਹਾਨੂੰ ਜਿਹੜੀ ਮੈਂ ਸਕੀਮ ਤੁਹਾਨੂੰ ਕਹਿਣ ਡਿਆ ਤੁਹਾਨੂੰ ਪਰ ਸਕੀਮ ਆਪਾਂ ਲਾਉਂਦੇ ਹਾਂ ਤੇ ਸਕੀਮ ਆਪਾਂ ਤੁਹਾਨੂੰ ਦੱਸ ਦੇ ਐਂਡ ਤੇ ਲਓ ਵੀਰ ਮੇਰੇ ਹੁਣ ਆਪਾਂ ਤੁਹਾਨੂੰ ਲਾਸਟ ਤੇ ਦੱਸਦੇ ਹਾਂ ਸਕੀਮ ਜਿਹੜਾ ਤੁਹਾਨੂੰ ਇੰਤਜ਼ਾਰ ਸੀ ਜਿਹੜਾ ਮੇਰਾ ਵੀਰ ਮੌਸ ਚਾਚੀ ਸਮੈਨ ਸਵੇਰ ਤੇ ਆ ਕੇ 10,000 ਦੀ ਸ਼ਾਪਿੰਗ ਕਰੂਗਾ ਉਹਨੂੰ ਨਾਲ ਆਪਾਂ ਗਿਫਟ ਕੀ ਕਰਾਂਗੇ ਭਾਜੀ 10,000 ਦੀ ਸ਼ਾਪਿੰਗ ਤੇ ਸਮਾਰਟ ਅਲਟਰਾ ਵਾਚ ਆ ਹਾਲੇ 7500 ਦੀ ਸ਼ਾਪਿੰਗ ਤੇ ਇੱਕ ਐਂਡ ਦਾ ਐਂਡ ਇੱਕ ਵੀ ਸਰਪਲਸ ਕੁਆਲਿਟੀ ਦੇ ਵਿੱਚ ਹੋਏਗੀ ਹਾਂਜੀ ਚੈੱਕ ਕਰੋ ਕੁਆਲਿਟੀ ਵੀਰ ਮੈਂ ਤੁਸੀਂ ਕੁਆਲਿਟੀ ਚੈੱਕ ਕਰੋ ਐਨਕ ਦੀ ਜਿਹੜਾ ਮੇਰਾ ਵੀਰ 7500 ਦੀ ਸ਼ਾਪਿੰਗ ਕਰੂਗਾ ਉਹਨੂੰ ਨਾਲ ਐਨਕ ਦਿੱਤੀ ਜਾਊਗੀ ਫ੍ਰੀ ਤੇ ਇਹ ਵੀ ਐਨਕ ਇਹ ਨਹੀਂ ਕਿ 100-200 ਵਾਲੀ ਵਧੀਆ ਕੁਆਲਿਟੀ ਜਾਣ ਕੇ ਦੇਵਾਂਗੇ ਤੁਹਾਨੂੰ ਆਦੀ ਚੈੱਕ ਕਰੋ ਐਨਕ ਦੀ ਕੁਆਲਿਟੀ ਬਹੁਤ ਵਧੀਆ ਵਾ ਤੇ ਜਿਹੜਾ ਮੇਰਾ ਵੀਰ 10,000 ਦੀ ਸ਼ਾਪਿੰਗ ਕਰੂਗਾ ਉਹਨੂੰ ਦੇਵਾਂਗੇ ਆਪਾਂ ਸਮਾਰਟ ਵਾਚ ਉਹ ਆਪਾਂ ਜਿਹੜੀ ਡਿਸਕਸ ਨਹੀਂ ਕੀਤੀ ਇੱਥੇ ਪਰ ਦੇਵਾਂਗੇ ਬਟ ਇਹ ਆਫਰ ਹੈਗੀ 9 ਸਾਲ ਤੱਕ 9 ਸਾਲ 1 ਤਰੀਕ ਤੱਕ ਉਸ ਤੋਂ ਬਾਅਦ ਚੋਣੀ 9 ਸਾਲ ਤੱਕ ਜਿਹੜਾ ਮੇਰਾ ਵੀਰ ਇੱਥੇ ਆ ਕੇ ਸ਼ਾਪਿੰਗ ਕਰੂਗਾ ਉਹਨੂੰ ਉਹਦੇ ਵਾਸਤੇ ਇਹ ਆਫਰ ਲਾਗੂਗਾ ਪੂਰੀ ਤੇ ਭਾਜੀ ਹੁਣ ਆਪਾਂ ਆਪਣਾ ਐਡਰੈਸ ਦੱਸੀਏ ਯਾਰ ਐਡਰੈਸ ਹੈਗਾ ਭਾਜੀ ਨੀਅਰ ਅਰੋੜਾ ਹਸਪੀਟਲ ਆਪੋਜ਼ਿਟ ਪੈਟਰੋਲ ਪੰਪ ਛਾਟਾ ਅੰਮ੍ਰਿਤਸਰ ਛਾਟਾ ਰੋਡ ਤੇ ਹੈਗਾ ਵੀਰ ਦੀ ਦੁਕਾਨ ਰੋਡ ਦੇ ਉੱਪਰ ਹੀ ਆ ਕਿਤੇ ਤੁਹਾਨੂੰ ਗਲੀ ਮਲੇ ਜਾਣ ਦੀ ਲੋੜ ਕੋਈ ਨਹੀਂ ਰੋਡ ਦੇ ਉੱਪਰ ਸ਼ੋਪ ਆ ਪੰਪ ਦੇ ਸਾਹਮਣੇ ਵੀਰ ਦੀ ਤੇ ਭਾਈ ਜੀ ਆਪਣਾ ਫੋਨ ਨੰਬਰ ਦੱਸੋ ਯਾਰ ਫੋਨ ਨੰਬਰ 7973460860 ਤੇ ਭਾਈ ਨੇ ਆਪਣਾ ਫੋਨ ਨੰਬਰ ਵੀ ਦੱਸਤਾ ਤੇ ਭਾਈ ਤੁਹਾਨੂੰ ਦੁਕਾਨ ਦੀ ਟਾਈਮਿੰਗ ਦੱਸੋ ਸ਼ਾਪ ਦੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 9 ਵਜੇ ਤੱਕ ਵੀਰ ਮੇਰੇ ਜਿਹੜੇ ਕਿਸੇ ਮੇਰੇ ਵੀਰ ਭਾਣੇ ਦੂਰੋਂ ਨੇੜੇ ਆਉਣਾ ਨਾ ਉਹ ਮੇਰੀ ਇੱਕ ਸਲਾਹ ਆ ਵੀ ਬਾਈ ਨੂੰ ਫੋਨ ਕਾਲ ਕਰਕੇ ਹੀ ਆਉਣ ਕਿਉਂਕਿ ਆਪਾਂ ਐਵੇਂ ਖਰਾਬ ਆਵਾਂਗੇ ਬਾਈ ਕਿਸੇ ਲਈ ਕਿਤੇ ਗਿਆ ਨਾ ਵਿਆਹ ਤੇ ਚਲੋ ਸ਼ੋਪ ਖੁੱਲੀ ਆ ਬਾਈ ਦੀ ਤੇ ਫੋਨ ਇੱਕ ਰਾ ਦੂਰ ਵਾਲੇ ਕਰਕੇ ਹੀ ਆਉਣ ਸਾਡੀ ਇਹ ਸਲਾਹ ਆ ਤੇ ਬਾਕੀ ਅੱਜ ਦਾ ਮੇਰਾ ਵਲੌਗ ਇੱਥੇ ਫਿਨਿਸ਼ ਹੁੰਦਾ ਵਾ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਬਾਕੀ ਬਾਈ ਜੀ ਜਿਹੜਾ ਮੇਰਾ ਵੀਰ ਮੇਰਾ ਕੋਈ ਵਲੌਗ ਲੈ ਕੇ ਕੋਈ ਵੇਖ ਕੇ ਆਊਗਾ ਨਿਮਾਣਤਨ ਕਰੋਗੇ ਹਾਂਜੀ ਹਾਂਜੀ ਜ਼ਰੂਰ ਮਾਰੇ ਜਿਹੜਾ ਆ ਕੇ ਸਾਡਾ ਵਲੌਗ ਵੇਖ ਕੇ ਆ ਕੇ ਸਾਡਾ ਨਾਮ ਲਊਗਾ ਉਹ ਵੀ ਬਾਈ ਹੋਰ ਨਿਮਾਣਤਨ ਕਰੂਗਾ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਕਰ ਦਿਓ ਟਾਟਾ ਬਾਏ ਲਵ ਯੂ ਮੇਰੇ ਸਾਰੇ ਵੀਰਾਂ ਨੂੰ ਹੁਣ ਫੇਰ ਇੱਕ ਨਵੇਂ ਵਲੌਗ ਨਾਲ ਮਿਲਦੇ ਤੁਹਾਨੂੰ